ਹੈਲੋ ਪੁੱਤ ਸਾਈਡ ਤੇ ਉੱਚੀ ਚੇਅਰ ਬਣਾ ਲਾ, ਉਹ ਤਾਂ ਬਹਿ ਕੇ ਇੱਕ ਸਾਈਡ ਕਰਦੀ, ਉੱਠ ਕੇ ਦੂਜੇ ਪਾਸੇ ਮਾੜਾ ਮੋਟਾ ਉਹ ਵੀ ਬਣਾਇਆ ਹੋਇਆ ਅੱਜ ਦਾ ਵੀ ਜਿਵੇਂ ਮੇਲਾ ਵਧੀਆ ਲੱਗਦਾ ਤਾਂ ਚੰਦੂ ਅਮਨ ਅਮਨ ਜਿਆਦਾ ਬਿਮਾਰ ਹੋਏ ਸੀ, ਲਾਦੇ ਤਾਰੂ ਫੁੱਲ ਕੇ ਯਾਰਾਂ ਨੂੰ ਕਾਸ਼ਮ ਕਾਟ ਕੇ ਇਹਨੇ ਪ੍ਰਬੰਧ ਕੀਤਾ ਸਾਰਾ ਉਹਨਾਂ ਦਾ ਕਰਕੇ ਤੇ ਸਟ੍ਰੈਸ ਹੋ ਗਿਆ ਜੇ ਕੁਝ ਕਰਨ ਨੂੰ ਕੱਲਾ ਹੋਣ ਦੀ ਗੱਲ ਸਟ੍ਰੈਸ ਵੱਧ ਰਹਿੰਦਾ ਬੰਦਾ ਟੈਨਸ਼ਨ ਕਰਕੇ ਮਰਿਆ ਬੰਦਾ ਕੋਈ ਫਿਕਰ ਨਹੀਂ ਸਾਨੂੰ ਵੀ ਨਾਲ ਰੋਟੀ ਨਹੀਂ ਹੋਇਆ ਖੋਦਾ ਰਤਨ ਪੰਜਾਬ ਤੋਂ ਜਿੱਤੂ ਕਿ ਨਹੀਂ ਸਾਡੀ ਅੰਡਰ ਬੋਡੀ ਮੇਰੀ ਕਰਵਾ ਲਈ ਵਧਾਈ ਦੇਣਾ ਚਾਹੁੰਦਾ ਇਹ ਤਾਂ ਚਲੋ ਸਰਕਲ ਚ ਅਸੀਂ ਸਾਰੇ ਇਹਨਾਂ ਨੇ ਬੁਲਾ ਲਿਆ ਬਠਿੰਡੇ ਜਾਣਾ ਘੰਟੇ ਦਾ ਰਸਤਾ ਜਾ ਕੇ ਨਹੀਂ ਤਾਂ ਥੋੜ੍ਹੀ ਟਾਈਮ ਲੱਗੂ ਨਹੀਂ ਬਾਈ ਰੋਟੀ ਦੀ ਭੁੱਖੀ ਨਹੀਂ ਆਪਾਂ ਨੂੰ ਆ ਇਹਨੇ ਮਾਰਤੀ ਆ ਚਲੋ ਠੀਕ ਹੈ ਬਈ ਓਕੇ ਬਾਈ ਧੰਨਵਾਦ ਛੱਡੀ ਨਾ ਇਹਦਾ ਤੂੰ ਸੋਚਣਾ ਯਾਰ ਤੂੰ 15 ਦਿਨਾਂ ਨੂੰ ਫੋਨ ਕਰੀ ਮੈਨੂੰ ਸੋਚੀ ਨਾ ਬਸ ਠੀਕ ਹੈ ਕਹੇਗਾ ਯਾਰ ਕਮਾਲਾਂ ਹੀ ਹੋ ਗਈਆਂ ਠੀਕ ਹੈ ਸਾਡੇ ਕੋਲ ਬਹੁਤ ਹੀ ਸਤਿਕਾਰ ਸਤਿਕਾਰ ਦੇ ਯੋਗ ਸਰਦਾਰ ਲਕਸ਼ਮਣ ਸਿੰਘ ਜੀ ਰਾਜਪਾਲ ਕੋਈ ਸਮੇਂ ਦਾ ਰਹੇ ਉਹਨਾਂ ਦੇ ਹੋਣਹਾਰ ਸੁਪੁੱਤਰੀ ਰਾਜਵਿੰਦਰ ਕੌਰ ਰਾਜਪਾਲ ਨੂੰ ਅਰਜਨਾ ਅਵਾਰਡ ਮਿਲਿਆ ਪਰਸੋਂ ਬਹੁਤ ਬਹੁਤ ਮੁਬਾਰਕਾਂ ਸਾਰੇ ਨਗਰ ਵੱਲੋਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਆਪਾਂ ਨੀ ਖੇਡਦੇ ਬਾਲ ਨਾ ਵੱਜੇ ਚੱਲੀ ਜਾਂਦਾ ਬਸ ਪੰਜ
ਤਾਂ ਮੰਮੀ ਰਾਮ ਕੌਰ ਨਾਲ ਕਰਾਂ ਬਹੁਤ ਬਹੁਤ ਧੰਨਵਾਦ ਭਾਈ ਗੁਰਦੀਪ ਸਿੰਘ ਦੇ ਢੀਟੂ ਵਾਲਾ।